ਸਤਿ ਦੋਸਤੋ, ਮੈਂ ਪਰਮਿੰਦਰ ਸਿੰਘ। ਜਿਵੇਂ ਕਿ ਤੁਸੀਂ ਪਿਛਲੇ ਦਿਨਾਂ ਤੋਂ ਕਾਫੀ ਦੇਖ ਰਹੇ ਹੋ ਸੋਸ਼ਲ ਮੀਡੀਆ ਤੋਂ, ਫੇਸਬੁੱਕ ਤੇ, ਵਟਸਐਪ ਤੇ, ਪ੍ਰੋਡਿਊਸਰ ਡੀਐਕਸ ਦਾ ਮੁੱਦਾ ਬਹੁਤ ਜ਼ਿਆਦਾ ਭੜਕਿਆ ਪਿਆ। ਦੋਸਤੋ, ਇਹ ਮੁੱਦੇ ਨੂੰ ਠੰਡਾ ਪੈਣ ਨਹੀਂ ਦਿੱਤਾ ਜਾ ਰਿਹਾ। ਕੋਈ ਨਾ ਕੋਈ ਇਸ ਮੁੱਦੇ 'ਚ ਕੋਈ ਨਾ ਕੋਈ, ਜਿਵੇਂ ਕਿ ਜਗਦੀਪ ਰੰਧਾਵਾ ਇੱਕ ਹੋਰ NRA ਵੀਰ ਸੀਗਾ, ਉਹਨੇ ਹੁਣ ਲੱਖਾ ਸਿਧਾਣਾ ਵੀ ਇਸ ਮੁੱਦੇ ਵਿੱਚ ਵੜ ਚੁੱਕੇ ਆ। ਇਸ ਮੁੱਦੇ ਨੂੰ ਠੰਡਾ ਪੈਣ ਦਿੱਤੇ ਨਹੀਂ ਜਾ ਰਿਹਾ। ਇਹਦਾ ਸਾਰਾ ਅਸਰ ਆਪਣੇ ਜੋ ਕਿ ਹੁਣ ਪੰਜਾਬ 'ਚ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਲੈਕਸ਼ਨ ਦਾ ਮਾਹੌਲ ਹੈ। ਘੱਟੋ ਘੱਟ ਹਫ਼ਤਾ ਲੋਕਾਂ ਦਾ ਇਲੈਕਸ਼ਨ ਤੋਂ ਧਿਆਨ ਡਿਵਾਈਡ ਹੋ, ਖਾਸ ਕਰਕੇ ਯੂਥ ਜਿਹਨੇ ਇਸ ਇਲੈਕਸ਼ਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਮਰਥਨ ਕਰਨਾ, ਸਮਰਥਨ ਦੇਣਾ। ਪਰ ਦੋਸਤੋ, ਦੇਖਿਆ ਜਾਵੇ ਤਾਂ ਲੱਖਾ ਸਿਧਾਣਾ ਨੇ ਉਹਨਾਂ ਦੇ ਪਿੰਡ ਜਾ ਕੇ ਉਹਨੂੰ ਧਮਕੀ ਦਿੱਤੀ, ਆਪਣੀ ਵੀਡੀਓ ਹਟਾਓ। ਤੁਸੀਂ ਇਹ ਵੀ ਦੇਖ ਰਹੇ ਹੋਣੇ ਹੋ ਕਿ ਪ੍ਰੋਡਿਊਸਰ ਡੀਐਕਸ ਦੇ ਚੈਨਲ ਤੋਂ ਇਹ ਵੀਡੀਓ ਹਟ ਚੁੱਕਿਆ। ਉੱਥੇ ਇੱਕ ਹੋਰ ਚੈਨਲ ਆ ਜੋ ਪ੍ਰੋਡਿਊਸਰ ਡੀਐਕਸ ਦੇ ਨਾਮ 'ਤੇ ਬਣਿਆ ਹੋਇਆ, ਉਹਦੇ ਉੱਤੇ ਇਹ ਵੀਡੀਓ ਵਾਰ ਵਾਰ ਆ ਰਹੀ ਆ। ਦੋਸਤੋ, ਇਹ ਚੈਨਲ ਪ੍ਰੋਡਿਊਸਰਾਂ ਦਾ ਨੀਗਾ, ਇਹ ਚੈਨਲ ਕਿਸੇ ਨੇ ਪ੍ਰੋਡਿਊਸਰਾਂ ਦੇ ਨਾਮ 'ਤੇ ਬਣਾ ਰੱਖਿਆ। ਇਹ ਉਸ ਚੈਨਲ ਦੀ ਵੀਡੀਓ ਵਾਰ ਵਾਰ ਸ਼ੋਅ ਹੋ ਰਿਹਾ, ਫਿਰ ਵੀ ਲੋਕ ਕਹਿੰਦੇ ਕਮੈਂਟ ਕਰ ਰਹੇ ਨੇ। ਉਸ ਦਿਨ ਭਾਨਾ ਸਿੱਧੂ ਨੇ ਲਾਈਵ ਹੋ ਕੇ ਚੰਗੀਆਂ ਗਾਣਾਂ ਕੱਢੀਆਂ, ਤੁਸੀਂ ਦੇਖੇ ਹੋਣਾ ਜੇ ਤੁਸੀਂ ਇੰਸਟਾਗ੍ਰਾਮ 'ਤੇ ਉਹਦਾ ਚੰਗੀਆਂ ਗਾਣਾਂ ਕੱਢੀਆਂ ਜਗਦੀਪ ਰੰਧਾਵੇ ਨੂੰ। ਜਗਦੀਪ ਰੰਧਾਵੇ ਦਾ ਇੱਕ ਬਿਆਨ ਆਇਆ ਸੀ ਵੀ ਪ੍ਰੋਡਿਊਸਰਾਂ ਮਾਫ਼ੀ ਮੰਗ ਰਹੇ ਨੇ ਤਾਂ ਕੰਮ ਵੱਧ ਜਾਣਾ। ਆਪਾਂ ਦੋਸਤੋ, ਜੇ ਜਗਦੀਪ ਰੰਧਾਵੇ ਦੀ ਗੱਲ ਕਰੀਏ ਤਾਂ ਜਗਦੀਪ ਰੰਧਾਵੇ ਇੱਕ ਕਿਸਮ ਦੀ ਪਬਲਿਸਿਟੀ ਲੈ ਰਿਹਾ ਫੋਕੀ। ਤੁਸੀਂ ਹੁਣ ਪਿੱਛੇ ਦੇਖਿਆ ਹੋਣਾ, ਇਹ ਕਹਿੰਦੇ ਪੰਜਾਬੀ ਸੱਭਿਆਚਾਰ ਨੂੰ ਖਰਾਬ ਕਰ ਰਹੇ ਨੇ, ਇਹ ਗਾਲਾਂ ਕੱਢਦੇ ਨੇ। ਮੈਂ ਜਗਦੀਪ ਰੰਧਾਵੇ ਨੂੰ ਪੁੱਛਣਾ, ਤੂੰ ਕਿਹੜਾ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰ ਰਿਹਾ? ਤੂੰ ਵੀ ਤਾਂ ਐਮੀ ਵਿਰਕ ਨਾਲ ਆ ਕੇ ਉਹਦੀ ਨਿੱਕਾ ਜਾਇਦਾਦ ਦੀ ਜਿਹੜੀ ਤੀਜੀ ਸੀਰੀਜ਼ ਆਣੀ ਆ ਉਹਨੂੰ ਅੱਗੇ ਪ੍ਰਮੋਟ ਕਰ ਰਿਹਾ। ਤੂੰ ਵੀ ਤਾਂ ਲਾਈਵ ਹੋ ਕੇ ਪੈਸੇ ਲੈਣਾ, ਤੂੰ ਵੱਡੇ ਵੱਡੇ ਪੋਲੀਟੀਸ਼ਨਾਂ ਦੀ ਰੈਲੀਆਂ ਜਾਣਾ, ਵੱਡੇ ਵੱਡੇ ਸਿੰਗਰਾਂ ਦੀ ਪ੍ਰਮੋਸ਼ਨ ਕਰਨਾ, ਤੂੰ ਵੀ ਤਾਂ ਪੈਸੇ ਲੈਣਾ। ਜਦਕਿ ਗੱਲ ਕਰੀਏ ਲੱਖੇ ਸਿਧਾਣੇ ਦੇ, ਲੱਖੇ ਸਿਧਾਣੇ ਕਹਿ ਰਹੇ ਵੀ ਸੱਭਿਆਚਾਰ ਬਚਾਓ। ਇੱਕ ਪਿੱਛੇ ਜਿਹੇ ਘਟਨਾ ਹੋਈ ਸੀ ਲੁਧਿਆਣੇ, ਇੱਕ ਕੁੜੀ ਦਾ 12 ਬੰਦਿਆਂ ਨੇ ਗੈਂਗਰੇਪ ਕੀਤਾ। ਉੱਥੇ ਕੋਈ ਬੰਦਾ ਨਹੀਂ ਜਾ ਕੇ ਬੋਲਿਆ, ਕਿਸੇ ਬੰਦੇ ਨੇ ਐਂ ਨਹੀਂ ਕਹੀ ਮੈਂ ਉਹਨਾਂ 12 ਚੋਂ ਕਿਸੇ 2 ਬੰਦੇ ਦੀ ਗਰਦਨ ਵੀ ਵੱਢੂੰਗਾ। ਉਹਦੇ ਉਹ ਕੁੜੀ ਦੇ ਹੱਕ 'ਚ ਜਾ ਕੇ ਕੋਈ ਨਹੀਂ ਖੜਿਆ, ਨਾ ਕੋਈ ਆ ਜਗਦੀਪ ਰੰਧਾਵਾ ਲਾਈਵ ਆ ਕੇ ਬੋਲਿਆ, ਕੋਈ ਨਹੀਂ ਲਾਈਵ ਆ ਕੇ ਬੋਲਿਆ। ਬਸ ਇਹ ਪ੍ਰੋਡਿਊਸਰਾਂ ਦਾ ਮੁੱਦਾ ਮਿਲਿਆ ਅਤੇ ਇਹਦੇ ਉੱਤੇ ਆ ਕੇ ਬੋਲਣ ਲੱਗ ਗਏ, ਕਿਉਂਕਿ ਪਤਾ ਸੀ ਵੀ ਉਹ ਮੁੱਦਾ ਪੋਲੀਟੀਕਲ ਬਣ ਚੁੱਕਿਆ, ਵੀ ਇਸ ਮੁੱਦੇ 'ਚ ਕੋਈ ਪੋਲੀਟੀਕਲ ਨਹੀਂ ਆਇਆ, ਵੀ ਸਾਨੂੰ ਇਸ ਮੁੱਦੇ 'ਚ ਵਧੀਆ ਪਬਲਿਸਿਟੀ ਬਣ ਸਕਦੀ ਆ। ਹੁਣ ਤੁਸੀਂ ਦੇਖੋਗੇ, ਦੇਖ ਰਹੇ ਹੋਗੇ ਕਿ ਹੁਣ ਜਗਦੀਪ ਰੰਧਾਵਾ ਵੀ ਕਹਿੰਦੇ ਵੀ ਮੈਂ ਇੰਸਟਾਗ੍ਰਾਮ 'ਤੇ ਆ ਕੇ ਗਰਦ ਉਠਾਊਂਗਾ। ਬਸ ਇਹਨਾਂ ਨੂੰ ਸਿਰਫ ਜਗਦੀਪ ਰੰਧਾਵੇ ਨੂੰ ਇੱਕ ਹਾਈਪ ਮਿਲ ਗਈ ਆਪਣੇ ਇੰਸਟਾਗ੍ਰਾਮ 'ਤੇ ਆਉਣ 'ਤੇ, ਇਹਦਾ ਖੁਦਬਾ ਇੱਕ ਚੈਨਲ ਵੀ ਹੈ ਯੂਟਿਊਬ 'ਤੇ। ਹੁਣ ਪਿੱਛੇ ਜੇ ਜਗਦੀਪ ਰੰਧਾਵਾ ਵੀ ਦੁਬਈ ਜਾ ਕੇ ਆਇਆ ਗਾਣੇ ਗਾ ਕੇ ਆਇਆ, ਜਗਦੀਪ ਰੰਧਾਵਾ ਵੀ ਇਹਨਾਂ ਦਾ ਨਾਮ ਲੈ ਕੇ ਸਿਰਫ ਪਬਲਿਸਿਟੀ ਭਾਲ ਰਿਹਾ। ਦੋਸਤੋ, ਇਹ ਦੇਖਿਆ ਜਾਵੇ ਤਾਂ ਇੱਕ ਬੂਮਨ ਬਾਮ ਨਾਮ ਦਾ ਮੁੰਡਾ ਹੈ, ਬੂਮਨ ਬਾਮ, ਉਹ ਵੀ ਗਾਲਾਂ ਕੱਢਦਾ ਯੂਟਿਊਬਰ ਦੇ। ਬਸ ਦੋਸਤੋ, ਉਹ ਗੱਲ ਉਹ ਹੁੰਦੀ ਜੋ ਫਰੈਂਡ ਸਰਕਲ 'ਚ ਹੋਈ ਆ, ਜਿਹੜੀ ਫਰੈਂਡ ਸਰਕਲ 'ਚ ਤੁਸੀਂ ਆਪ ਵੀ ਜੇ ਫਰੈਂਡ ਸਰਕਲ 'ਚ ਰਹਿੰਦੇ ਹੋ ਤਾਂ ਤੁਸੀਂ ਖੁਦ ਵੀ ਗਾਲਾਂ ਕੱਢਦੇ ਹੋਗੇ। ਹਰ ਇੱਕ ਬੰਦਾ ਗਾਲਾਂ ਕੱਢਦਾ ਜਿਹੜਾ ਖਾਸ ਕਰਕੇ ਫਰੈਂਡ ਸਰਕਲ 'ਚ ਹੈ। ਉਹਨਾਂ ਦਾ ਖੁਦ ਆ ਕੇ ਇੱਕ ਮੈਨੂੰ ਪ੍ਰੋਡਿਊਸਰ ਦੀ ਬਹੁਤ ਵਧੀਆ ਗੱਲ ਲੱਗੀ, ਉਹਨੇ ਲਾਈਵ ਆ ਕੇ ਕਿਹਾ ਵੀ ਤੁਸੀਂ ਜਮੀ ਮੂਰਖ ਹੋ ਯਾਰ, ਤੁਹਾਨੂੰ ਅਕਲ ਨਹੀਂ ਵੀ ਤੁਸੀਂ ਸਾਡੇ ਘਰ ਆ ਕੇ ਸਾਨੂੰ ਵਿਆਹ ਦੇ ਕਾਰਡ ਦਿੰਦੇ ਹੋ, ਸਾਨੂੰ ਫੋਨ ਕਰਦੇ ਬਾਈ ਤੈਨੂੰ ਮਿਲਣਾ, ਤੇਰੇ ਨਾਲ ਫੋਟੋ ਖਿਚਾਉਣੀ ਆ। ਕਹਿੰਦਾ ਅਸੀਂ ਤੁਹਾਡੇ ਵਰਗੇ ਆਮ ਬੰਦੇ ਆ, ਤੁਸੀਂ ਕਿਉਂ ਸਾਨੂੰ ਵਾਰ ਵਾਰ ਤੰਗ ਕਰਦੇ ਹੋ? ਤੁਸੀਂ ਕਹਿੰਦਾ ਸਾਨੂੰ ਵਿਆਹਾਂ 'ਤੇ ਬੁਲਾ ਲੈਂਦੇ ਹੋ, ਆਪਣੇ ਰਿਸ਼ਤੇਦਾਰਾਂ ਨੂੰ ਪੁੱਛਦੇ ਨੀਗੇ। ਵੀ ਕਹਿੰਦਾ ਪੋਲੀਟੀਸ਼ੀਅਨ 'ਤੇ ਸਾਨੂੰ, ਪੋਲੀਟੀਸ਼ੀਅਨ 'ਤੇ ਐਕਟਰ ਨੂੰ ਬਣਵਾਉਣ ਵਾਲੇ ਤੁਸੀਂ ਖੁਦ ਹੋ। ਅਸ ਕੱਲ੍ਹ ਅਸੀਂ ਪਿੰਡ 'ਚ ਬੈਠੇ ਸੀ, ਅਸੀਂ ਕਿਸੇ ਬੰਦੇ ਨੂੰ ਵੀਡੀਓ ਦਿਖਾਈ ਤਾਂ ਉਹ ਬੰਦਾ ਘੱਟੋ ਘੱਟ ਉਹ ਬੰਦਾ 40+ ਸੀਗਾ। ਉਹ ਬੰਦੇ ਨੇ ਪਹਿਲਾਂ ਤਾਂ ਬੰਦੇ ਨੇ ਜਦੋਂ ਗਾਲਾਂ ਗਾਲਾਂ ਕੱਢੀਆਂ, ਬੰਦਾ ਕਹਿੰਦਾ ਬੜੀਆਂ ਗਾਲਾਂ ਕੱਢ ਰਹੇ ਨੇ। ਜਦੋਂ ਨੇ ਪੂਰੀ ਵੀਡੀਓ ਦੇਖੀ, ਜਿਹੜੀ ਕਿ ਪ੍ਰੋਡਿਊਸਰ ਨੇ ਕਹਿੰਦਾ ਵੀ ਇਹ ਬੰਦੇ ਨੇ ਬਿਲਕੁਲ ਸਹੀ ਗੱਲ ਕਹੀ ਆ ਵੀ ਸਾਨੂੰ ਕਿਸੇ ਪੋਲੀਟੀਸ਼ੀਅਨ ਅਤੇ ਕਿਸੇ ਸਿੰਗਰ ਨੂੰ ਆਪਣੇ ਵਿਆਹ 'ਤੇ ਬੁਲਾਉਣਾ ਚਾਹੀਦਾ, ਕਿਉਂਕਿ ਅਸੀਂ ਆ ਜਿਹੜੇ ਅਸੀਂ ਇਹਨਾਂ ਨੂੰ ਬਣਾਉਂਦੇ ਹਾਂ। ਹੁਣ ਪ੍ਰੋਡਿਊਸਰਾਂ ਨੂੰ ਕਿਹਨੇ ਬਣਾਇਆ? ਪ੍ਰੋਡਿਊਸਰਾਂ ਨੂੰ ਆਪਾਂ ਹੀ ਬਣਾਇਆ, ਆਪਾਂ ਹੀ ਉਹਨਾਂ ਦੀ ਵੀਡੀਓ ਦੇਖਦੇ, ਆਪਾਂ ਹੀ ਉਹਨਾਂ ਦੀ ਵੀਡੀਓ 'ਤੇ ਕਮੈਂਟ ਕਰਦੇ ਹਾਂ। ਮੈਂ ਕਹਿੰਦਾ ਹੁਣ ਹਰ ਇੱਕ ਯੂਥ ਜਿਹੜਾ ਜਵਾਨ ਆ ਮੁੰਡਾ, ਉਹ ਹਰ ਇੱਕ ਪ੍ਰੋਡਿਊਸਰਾਂ ਦੀ ਵੀਡੀਓ ਦੇਖਦਾ। ਜੇ ਤੁਸੀਂ ਪ੍ਰੋਡਿਊਸਰ ਦੇ ਨਿੰਦਕ ਵੀ ਹੋ ਤਾਂ ਆਪਣੇ ਕਿਸੇ ਯਾਰ ਦੋਸਤ ਨੂੰ ਪੁੱਛੋ, ਉਹ ਕਹੂਗਾ ਹਾਂ ਯਾਰ ਮੈਂ ਤਾਂ ਪ੍ਰੋਡਿਊਸਰ ਦੀ ਵੀਡੀਓ ਦੇਖ ਲਾ। ਹੁਣ ਜਿਨ੍ਹਾਂ ਨੇ ਪ੍ਰੋਡਿਊਸਰ ਦੀ ਵੀਡੀਓ 'ਤੇ ਗੰਦੇ ਕਮੈਂਟ ਕਰਦੇ ਨੇ, ਉਹਨਾਂ ਨੇ ਪਹਿਲਾਂ ਪ੍ਰੋਡਿਊਸਰ ਦੀ ਵੀਡੀਓ ਪੂਰੀ ਦੇਖੀ ਹੋਇਆ ਤਾਂ ਹੀ ਕਮੈਂਟ ਕੀਤਾ ਗਲਤ, ਉਹਨੇ ਬੰਦੇ ਨੇ ਅਗਲੀ ਵੀਡੀਓ ਵੀ ਦੇਖੀ ਆ ਉਸ 'ਤੇ ਫੇਰ ਗਲਤ ਕਮੈਂਟ ਕੀਤਾ। ਅਤੇ ਸਭ ਤੋਂ ਵੱਡੀ ਗੱਲ ਇਹ ਵੀ ਜੇ 20 ਬੰਦੇ ਪ੍ਰੋਡਿਊਸ ਉਹਦੀ ਵੀਡੀਓ ਦੇਖਣਗੇ ਅਤੇ 20 ਦੇ 20 ਗਲਤ ਕਮੈਂਟ ਕਰਨਗੇ, ਉਹ ਵੀਡੀਓ ਹੋਰ ਜ਼ਿਆਦਾ ਵਾਇਰਲ ਹੋਏਗੀ। ਸਾਨੂੰ ਇਹ ਗੱਲ ਦਾ ਪਤਾ ਨੀਗਾ, ਤੁਸੀਂ ਜਿੰਨਾ ਜਿਹੜਾ ਜਿਸ ਵੀਡੀਓ 'ਤੇ ਜਿੰਨਾ ਜ਼ਿਆਦਾ ਕਮੈਂਟ ਕਰੋਗੇ ਉਹ ਵੀਡੀਓ ਉੱਨੀ ਜ਼ਿਆਦਾ ਵਾਇਰਲ ਹੁੰਦੀ ਜਾਣੀ ਆ, ਭਾਵੇਂ ਉਹ ਕਮੈਂਟ ਨੈਗੇਟਿਵ ਨੇ ਭਾਵੇਂ ਪੋਜ਼ੀਟਿਵ ਨੇ। ਤੁਸੀਂ ਜਿੰਨੇ ਨੈਗੇਟਿਵ ਕਮੈਂਟ, ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਵੀ ਉਹ ਕਿਵੇਂ ਚੱਲ ਰਹੇ ਨੇ ਕਿਵੇਂ ਨਹੀਂ। ਤੁਸੀਂ ਉਹਨਾਂ ਦੀ ਵੀਡੀਓ 'ਤੇ ਜਿੰਨੇ ਨੈਗੇਟਿਵ ਕਮੈਂਟ ਕਰੀਏ ਉਹ ਵੀਡੀਓ ਉੱਨੀ ਜ਼ਿਆਦਾ ਹੋਰ ਰਿਕਮੈਂਡਡ ਹੋਈ ਜਾਂਦੀ ਹੈ, ਉਹ ਵੀਡੀਓ ਹੋਰ ਜ਼ਿਆਦਾ ਦੇਖੀ ਜਾ ਰਹੀ। ਇਸ ਲਈ ਸਿੱਧੀ ਗੱਲ ਹੈ ਵੀ ਜੇ ਤੁਸੀਂ ਵੀਡੀਓ ਤੁਹਾਨੂੰ ਨਹੀਂ ਪਸੰਦ ਆ ਰਹੀ ਤਾਂ ਤੁਸੀਂ ਨਾ ਦੇਖੋ, ਚੈਨਲ ਨੂੰ ਸਬਸਕ੍ਰਾਈਬ ਨਾ ਕਰੋ, ਉਹ 'ਤੇ ਡਿਸਲਾਈਕ ਮਾਰ ਦਿਓ ਵੀਡੀਓ
ਉਹ ਗਾਲ ਆਪਣੇ ਫਰੈਂਡ ਸਰਕਲ ਚ ਕੱਢ ਰਹੇ ਨੇ, ਨਾਲ ਦੇ ਨੂੰ ਕੱਢ ਰਹੇ ਨੇ। ਹੁਣ ਲੋਕ ਕਹਿ ਰਹੇ ਯੂਟਿਊਬ ਤੇ ਗੰਦ ਪਾਉਂਦੇ ਨੇ, ਯੂਟਿਊਬ ਤੇ ਹੋਰ ਦੇਖ ਲਓ ਯਾਰ, ਇੰਗਲਿਸ਼ ਚੈਨਲ ਕਿੰਨੇ ਨੇ ਉਹਨਾਂ ਤੇ ਕਿੰਨਾ ਗੰਦ ਪਿਆ। ਔਰ ਇੱਕ ਬੰਦਾ ਕਹਿੰਦਾ ਜੀ ਪੰਜਾਬੀ ਸੱਭਿਆਚਾਰ ਨੂੰ ਖਰਾਬ ਕਰ ਰਹੇ ਨੇ। ਮੈਂ ਕਹਿਣਾ ਚਾਹੁੰਦਾ ਯਾਰ ਹਰ ਰੋਜ਼ ਪੰਜ ਪੰਜ ਦਸ ਦਸ ਮੁੰਡੇ ਮਰਦੇ ਨੇ ਨਸ਼ਾ ਖਾ ਕੇ, ਵੀ ਉਹ ਪੰਜਾਬੀ ਸੱਭਿਆਚਾਰ ਗੰਦਾ ਨਹੀਂ ਹੋ ਰਿਹਾ? ਹਰ ਰੋਜ਼ ਕਿੰਨੀਆਂ ਧੀਆਂ ਭੈਣਾਂ ਦੇ ਲੋਕ ਕੋਈ ਕਿਸੇ ਦੀ ਬਾਂਹ ਫੜਦੀ, ਕਿਸੇ ਨੇ ਚੁੰਨੀ ਖਿੱਚਦੀ, ਕਿਸੇ ਗੰਦੇ ਗੰਦੇ ਗਾਣੇ ਆ ਰਹੇ ਨੇ, ਤੁਸੀਂ ਉਹ ਸੱਭਿਆਚਾਰ ਨਹੀਂ ਖਰਾਬ ਹੋ ਰਹੇ? ਦੋ ਬੰਦੇ ਨੇ ਗਾਲਾਂ ਕੱਢਦੇ ਉਹ ਸੱਭਿਆਚਾਰ ਖਰਾਬ ਹੋ ਰਿਹਾ, ਤੁਸੀਂ ਉਹ ਕਰਦੇ ਧਿਆਨ ਨਹੀਂ ਦੇ ਰਹੇ। ਹੁਣ ਪਿੱਛੇ ਜੇ ਤੁਸੀਂ ਦੇਖਦੇ ਹੋ ਵੀ ਇੱਕ ਉਹਨਾਂ ਦੀ ਸੀਰੀਜ਼ ਆਈ ਸੀ ਠੱਕੀ ਬਾਬਾ, ਮੈਂ ਕਹਿੰਦਾ ਯਾਰ ਪਿੰਡਾਂ ਦੇ ਵਿੱਚ ਤੁਸੀਂ ਦੇਖ ਲਓ ਬਾਬੇ ਹੁੰਦੇ ਨੀ ਕਿ ਠੱਕੀ, ਜੇ ਬਾਬੇ ਨਹੀਂ ਠੱਕੀ ਹੁੰਦੇ ਕਿਸੇ ਬੁੜੇ ਕੋਲ ਬਹਿ ਜਾਂਦੇ ਹੋ ਨਾ, ਉਹਨੂੰ ਕੀ ਮਰਜ਼ੀ ਫਿਲਮ ਦਿਖਾਉਣੀ ਸ਼ੁਰੂ ਕਰ ਦਿੰਦੇ ਹੋ, ਨਾ ਸਗੋਂ ਕੋਈ ਹੋਰ ਦਿਖਾ ਹੋਰ ਦਾ, ਉਹ ਠੱਕ ਪਾਉਣਾ ਨੀਗਾ? ਐਵੇਂ ਦੀਆਂ ਗੱਲਾਂ ਨਾ ਕਰੋ ਯਾਰ, ਤੁਸੀਂ ਐਵੇਂ ਦੀ ਫੋਕੀ ਪਬਲਿਸਿਟੀ ਨਾ ਭਾਲੋ। ਜੇ ਬੰਦੇ ਤੁਹਾਨੂੰ ਗਲਤ ਲੱਗ ਰਹੇ ਤੁਸੀਂ ਨਾ ਉਹਨੂੰ ਫੋਲੋ ਕਰੋ। ਹੋਰ ਸਿੱਧੀ ਗੱਲ ਹੈ, ਮੇਰੀ ਇਹ ਵੀਡੀਓ ਦੇਖਣ ਤੋਂ ਬਾਅਦ ਲੋਕ ਮੈਨੂੰ ਗਾਲਾਂ ਕੱਢਣਗੇ, ਪ੍ਰੋਡਿਊਸਰਾਂ ਦਾ ਤੱਲਾ ਜੇ ਉਹ ਕਹਿਣਗੇ, ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਨੀਚੇ ਕਮੈਂਟ ਕਰੋ, ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਵੀ ਕਰੋ।